ਜਲੰਧਰ ਦੇ ਸਿਵਲ ਹਸਪਤਾਲ ਵਿੱਚ ਚੱਲੇ ਇੱਟਾਂ ਤੇ ਪੱਥਰ। ਪੰਜਾਬ ਦੀ ਕਾਨੂੰਨ ਵਿਵਸਥਾ ਬਹੁਤ ਬੁਰਾ ਹਾਲ ਹੈ, ਜਿੱਥੇ ਨਿਤ ਨਵੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਜਲੰਧਰ ਵਿੱਚ ਕੱਲ੍ਹ ਦੇਰ ਰਾਤ ਦੋ ਧੜਿਆਂ ਵਿੱਚ ਲੜਾਈ ਹੋ ਗਈ। ਜਲੰਧਰ ਦੇ ਸਿਵਲ ਹਸਪਤਾਲ ਵਿੱਚ ਕੱਲ੍ਹ ਦੋ ਧੜਿਆਂ ਵਿੱਚ ਜੰਮ ਕੇ ਇੱਟਾਂ ਪੱਥਰ ਚੱਲੇ ਹਨ। ਇਸ ਮੌਕੇ 'ਤੇ ਦੇਰ ਰਾਤ ਤੱਕ ਹਸਪਤਾਲ ਵਿੱਚ ਇਹ ਹਾਈ ਵੋਲਟੇਜ ਡਰਾਮਾ ਹੁੰਦਾ ਰਿਹਾ। ਇਸ ਮੌਕੇ 'ਤੇ ਦੋਵੇਂ ਧੜਿਆਂ ਦੇ ਬੱਚਿਆਂ ਦੇ ਸੱਟਾਂ ਲੱਗੀਆਂ ਹਨ। ਇਹ ਜੀ ਦੋ ਗੁੱਟਾਂ ਵਿਚਕਾਰ ਲੜਾਈ ਹੋਈ ਹੈ। ਪਹਿਲਾਂ ਦੋ ਬੱਚਿਆਂ ਦੀ ਲੜਾਈ ਹੋਈ ਸੀ ਅਮਨ ਨਗਰ, ਉਹਦੇ ਰਿਗਾਰਡਿੰਗ ਇਹ ਸਿਵਲ ਹੋਸਪਿਟਲ ਆਏ ਆ MLR ਕਟਵਾਉਣ, ਅਤੇ ਉੱਥੇ ਇਹਨਾਂ ਨੇ ਸੈਕਿੰਡ ਪਾਰਟੀ ਨੇ ਇਹਨਾਂ ਨੂੰ ਕਿਹਾ ਕਿ ਚਲੋ ਰਜ਼ਾਮੰਦੀ ਕਰਦੇ ਆਪਾਂ ਸਾਈਡ 'ਤੇ ਹੋ ਕੇ। ਇਹਨਾਂ ਨੂੰ ਸਾਈਡ 'ਤੇ ਬੁਲਾਇਆ ਔਰ ਉੱਥੇ ਇਹਨਾਂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ। ਸਾਨੂੰ ਕਾਲ ਆਈ ਉੱਥੋਂ ਇਮੀਜੀਏਟਲੀ, ਉੱਥੇ ਫੋਰਸ ਪਹੁੰਚੀ, ਦੋਨੋਂ ਇੱਕ ਬੰਦਾ ਆਲਰੇਡੀ ਕਾਬੂ ਕਰ ਦਿੱਤਾ ਗਿਆ ਸੀ ਇਹਨਾਂ ਨੂੰ, ਉਹਨੂੰ ਅਸੀਂ ਲਿਆ ਆ ਔਰ ਵੈਰੀਫਾਈ ਕਰ ਰਹੇ ਹਾਂ। ਅਤੇ ਜਿਹੜੀ ਕੰਪੇਨੈਂਟ ਪਾਰਟੀ ਆ ਉਹ ਕਹਿੰਦੇ ਕਿ ਅਸੀਂ MLR ਵਗੈਰਾ ਕਟਵਾ ਕੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ। ਹਾਂਜੀ, ਅਤੇ ਪੁਲਿਸ ਦਾ ਕੰਮ ਕੀ ਹੈ? ਪੁਲਿਸ ਦਾ ਕੰਮ ਜੀ ਜੋ ਸੀਗਾ ਅਸੀਂ ਗਏ ਹਾਂ ਉੱਥੇ, ਜੋ ਮਾਹੌਲ ਨੂੰ ਸ਼ਾਂਤ ਕੀਤਾ ਗਿਆ ਉੱਥੇ, ਜਿਹੜਾ ਬੰਦਾ ਸੀਗਾ ਉਹਨੂੰ ਕਾਬੂ ਕੀਤਾ ਸੀ, ਜਿਹੜੀ ਔਨ ਦਾ ਸਪੋਟ ਕਾਰਵਾਈ ਬਣਦੀ ਆ ਉਹ ਕੀਤੀ ਗਈ ਹੈ। ਮੁੰਡੇ ਦਾ ਮੈਡੀਕਲ ਕਰਵਾਇਆ, ਸ਼ਰਾਬ ਪੀਤੀ ਹੋਈ ਸੀ ਉਹਨੇ। ਅਤੇ ਜਿਹੜਾ ਬੰਦਾ ਤੁਸੀਂ ਫੜਿਆ ਉਹ ਕਿਹਨੇ ਫੜਿਆ ਸੀ, ਲੋਕਾਂ ਨੇ ਫੜਿਆ ਕਿ ਪੁਲਿਸ ਨੇ ਫੜਿਆ ਹੋਇਆ ਸੀਗਾ? ਜਦੋਂ ਅਸੀਂ ਗਏ ਹਾਂ ਉੱਥੇ ਪੁਲਿਸ ਵੀ ਸੀਗੀ, ਪੁਲਿਸ ਨੇ ਵੀ ਕਾਬੂ ਕੀਤਾ ਹੋਇਆ ਸੀ, ਔਰ ਜਿਹੜੇ ਜਿਨ੍ਹਾਂ ਨਾਲ ਲੜਾਈ ਹੋਈ ਸੀ ਉਹ ਵੀ ਬੰਦੇ ਸੀਗੇ ਉੱਥੇ। ਇੱਕ ਵੀਡੀਓ ਵਾਇਰਲ ਹੋ ਰਹੀ ਆ, ਉਹਦੇ ਵਿੱਚ ਪੁਲਿਸ ਭੱਜਦੀ ਦਿਖਦੀ ਪਈ ਹੈ ਲੜਾਈ ਦੇ ਵਿੱਚ। ਨਹੀਂ ਜੀ, ਬਿਲਕੁਲ ਭੱਜਦੀ ਨਹੀਂ ਦਿਖਦੀ ਹੋਈ, ਅਸੀਂ ਵੀ ਵੀਡੀਓਜ਼ ਦੇਖੀਆਂ ਨੇ, ਪੁਲਿਸ ਉੱਥੇ ਬੰਦਿਆਂ ਨੂੰ ਕਾਬੂ ਕਰ ਰਹੀ ਹੈ। ਨਹੀਂ ਨਹੀਂ, ਹਲੇ ਪਰਚਾ ਕੋਈ ਨਹੀਂ ਹੋਇਆ ਜੀ। ਪਰਚਾ ਜਿਹੜੀ ਕੰਪਲੇਨੈਂਟ ਪਾਰਟੀ ਹੈ ਉਹ ਹਲੇ ਕਹਿੰਦੇ ਵੀ ਮੈਂ ਹਲੇ ਬਿਆਨ ਨਹੀਂ ਦੇਣਾ, ਸੋ ਇਸ ਚੀਜ਼ ਨੂੰ ਦੇ ਦਿਓ ਥੋੜ੍ਹਾ। ਜੀ ਇੱਦਾਂ ਦੀ ਸਾਡੇ ਨੋਟਿਸ 'ਚ ਨਹੀਂ ਆਈ, ਹੁਣ ਜਿੱਦਾਂ ਤੁਸੀਂ ਕਹਿ ਰਹੇ ਹੋ ਹੁਣ ਉਹਨਾਂ 'ਤੇ ਐਕਸ਼ਨ ਲਿਆ ਜਾਏਗਾ, ਜੋ ਉਹਨਾਂ ਨੂੰ ਇੰਸਟਰਕਸ਼ਨ ਦਿੱਤੀਆਂ ਜਾਣਗੀਆਂ। ਜੇ ਫਿਰ ਵੀ ਨਹੀਂ ਕਰਦੇ ਫਿਰ ਨੈਚੁਰਲੀ ਜੋ ਬੰਦੀ ਕਰ ਰਹੇ ਜੀ। ਇੱਕ ਬੰਦਾ ਰਾਊਂਡ ਅਪ ਹੋਇਆ ਗਗਨਦੀਪ ਸਿੰਘ, ਉਹਦੇ 'ਤੇ ਕਾਰਵਾਈ, ਉਹਦਾ ਮੈਡੀਕਲ ਕਰਵਾਇਆ, ਉਹਦੀ ਵੈਰੀਫਿਕੇਸ਼ਨ ਕਰਵਾ ਰਹੇ ਕਿ ਉਹਦਾ ਬੈਕਗਰਾਊਂਡ ਕੀ ਹੈ, ਕਿ ਕ੍ਰਿਮੀਨਲ ਐਕਟੀਵਿਟੀਜ਼ ਵਿੱਚ ਪਹਿਲਾਂ ਵੀ ਇਨਵੋਲਵ ਹੈ ਜਾਂ ਨਹੀਂ, ਇਸ ਚੀਜ਼ ਦੇਖੀ ਜਾ ਰਹੀ ਹੈ। ਉਹ ਵੈਰੀਫਾਈ ਵੀ ਨਹੀਂ ਹੋਏ ਕਿਉਂਕਿ ਉਹਨਾਂ ਨੇ ਹਲੇ ਨਾਮ ਨਹੀਂ ਦੱਸਿਆ ਕਿਸੇ ਹੋਰ ਦਾ। ਹਾਂਜੀ।